ਸ੍ਰਿਸ਼ਟੀ ਰਹੇਗੀ। ਵਾਹਿਗੁਰੂ ਦੇ ਅਸੂਲ ਵੀ ਕੰਮ ਕਰਦੇ ਹੀ ਰਹਿਣਗੇ। ਉਹ ਅਸੂਲ ਕੀ ਹਨ? ਜਿਹਾ ਜਿਹਾ ਕੋਈ ਕਰੇਗਾ ਵੈਸਾ ਭਰੇਗਾ, ਜੈਸਾ ਬੋਏਗਾ ਵੈਸਾ ਕਾਟੇਗਾ। ਯਾਨੀ ਚੰਗੇ ਕਰਮਾਂ ਦਾ ਫਲ ਸੁੱਖ ਮਿਲੇਗਾ, ਬੁਰੇ ਕਰਮਾਂ ਦਾ ਫਲ ਦੁੱਖ ਮਿਲੇਗਾ। ਇਹ ਨਹੀਂ ਹੋ ਸਕਦਾ ਚੰਗੇ ਕਰਮਾਂ ਦਾ ਫਲ ਦੁੱਖ ਮਿਲੇ, ਬੁਰੇ ਕਰਮਾਂ ਦਾ ਫਲ ਸੁੱਖ ਮਿਲੇ। ਭਾਵੇਂ ਇਹ ਕੁਝ ਥੋੜ੍ਹਾ ਜਿਹਾ ਤੁਰਤ ਮਿਲਦਾ ਹੁੰਦਾ ਹੈ, ਪੂਰਾ ਫਲ ਸਮਾਂ ਪਾ ਕੇ ਮਿਲਿਆ ਕਰਦਾ ਹੈ। ਜਿਵੇਂ ਫਸਲ ਅੱਜ ਬੀਜੀਏ, ਅੱਜ ਹੀ ਉਸਨੇ ਫਲ ਨਹੀਂ ਦੇ ਦੇਣਾ, ਸਮਾਂ ਪਾ ਕੇ ਉਹਦੀ ਪਰਵਰਿਸ਼ ਹੁੰਦੀ ਰਹੇ, ਫਿਰ ਜਾ ਕੇ ਫਲ ਦੇ ਦੇਗੀ। ਰਸਤੇ 'ਚ ਕਿਤਨੇ ਖੇਤ ਖੜ੍ਹੇ ਹਨ, ਕਣਕਾਂ ਵੱਢੀਆਂ ਹੋਈਆਂ ਹਨ, ਕਈ ਅਜੇ ਖੜ੍ਹੀਆਂ, ਪਰ ਉਹ ਕਿਤਨੀ ਦੇਰ ਦੀ ਸੇਵਾ ਦਾ ਫਲ ਹੈ? ਅੱਜ ਹੀ ਤਾਂ ਨਹੀਂ ਬੀਜੀਆਂ, ਇਸੀ ਤਰ੍ਹਾਂ ਹੀ ਕਰਮ ਦਾ ਫਲ ਹੈ। ਸਮਾਂ ਪਾ ਕੇ ਕਰਮ ਫਲ ਦਿੰਦਾ ਹੁੰਦਾ ਹੈ। ਐਸਾ ਨਹੀਂ ਹੋ ਸਕਦਾ ਫਰੀਦਾ ਲੋੜੇ ਦਾਖ ਬਜਾਉਰੀਆਂ, ਕਿੱਕਰ ਬੀਜੇ ਜੱਟ, ਠੰਡੇ ਉਨ ਕਿਤਾਏ ਦਾ ਪੈਦਾ ਲੋੜੇ ਪੱਟ। ਹਾਂ, ਦੱਸਦੇ ਹਨ ਬੀਜ ਤਾਂ ਜ਼ਿਮੀਂਦਾਰ ਕਿੱਕਰਾਂ ਹੈ, ਕਿੱਕਰਾਂ ਦੇ ਬੀਜ ਹੈ, ਔਰ ਖਾਣਾ ਚਾਹੁੰਦਾ ਹੈ ਅੰਗੂਰ, ਇਹ ਕੈਸੇ ਹੋ ਸਕਦਾ ਹੈ? ਕਰਮ ਤਾਂ ਉਹ ਕਰਦਾ ਜਿਹਦਾ ਫਲ ਦੁੱਖ ਮਿਲੇ, ਪਰ ਚਾਹੁੰਦਾ ਸੁੱਖ ਹੈ, ਇਹ ਕੈਸੇ ਹੋ ਸਕਦਾ ਹੈ? ਇਹ ਤਾਂ ਜਿਹਾ ਬੀਜੋ ਸੋਰਣੇ ਕਰਮਾਂ ਸੰਦੜਾ ਖੇਤ, ਜਿਹਾ ਬੀਜਦਾ ਵੈਸਾ ਵੱਢਦਾ ਹੈ, ਇਹ ਇਹੋ ਜਿਹੀ ਕਰਮਾਂ ਰੂਪੀ ਖੇਤ ਹੈ। ਇਹ ਈਸ਼ਵਰੀ ਕਾਨੂੰਨ ਐਸਾ ਹੀ ਹੈ।